ਪਤਾ ਘਰ ਦਾ ਬੋਲੋ ਕਿਉਂ ਪਾਇਆ ਬੋਲ ਸਕੂਲ ਪੈਣਾ ਜੀ ਆਹ ਬੰਦੇ ਦੇ ਹੱਥੇ ਗੰਡਾਸੀ ਦੇ ਵੇਖ ਲਾ ਹਲੋ ਆਹ ਬੰਦੇ ਦੇ ਹੱਥੇ ਗੰਡਾਸੀ ਆ ਆਹ ਬੱਚਿਆਂ ਵਾਲੀ ਆਹ ਬੱਚਿਆਂ ਵਾਲੀ ਗੱਡੀ ਚੱਲ ਥਾਣੇ ਮੈਂ ਕਹਿੰਦਾ ਹੁਣ ਚੱਲਦਾ ਆਹ ਬੱਚਿਆਂ ਵਾਲੀ ਗੱਡੀ ਰੋਕੀ ਵੀ ਆ ਆਹ ਬੰਦੇ ਨੇ ਗੰਡਾਸੀ ਕਹਿੰਦਾ ਗੰਡਾਸੀ ਦੇਖੋ ਜੀ ਇਹਦੇ ਹੱਥ ਗੰਡਾਸੀ ਦੇਖੋ ਇਹਦੇ ਹੱਥ ਚ ਹੁਣ ਮਾਰੋ ਪਾਓ ਗੱਲ ਪਾਓ ਗੱਲ ਤੂੰ ਪੈਸੇ ਆਹ ਬੱਚੇ ਆਹ ਬੱਚੇ ਦੇਖੋ ਜੀ ਵਿੱਚ ਗੱਡੀ ਦੇ ਵਿੱਚ ਬੈਠੇ ਆਹ ਬੱਚੇ ਦੇਖੋ ਗੱਡੀ ਚ ਆਹ ਬੱਚੇ ਦੇਖੋ ਜੀ ਗੱਡੀ ਚ ਇਹਨੇ ਚੱਕ ਕੇ ਸਾਰਿਆਂ ਨੂੰ ਮੈਸੇਜ ਪਾਤਾ ਅਸੀਂ ਉਹ ਗੁਆਂਢੀਆਂ ਦੇ ਘਰ ਦੇ ਉਹਨੂੰ ਮੈਸੇਜ ਪੁੱਛ ਲੈਂਦੇ ਆ ਵੀ ਕੀ ਗੱਲ ਵਹਿਣ ਨਹੀਂ ਆਈ ਕੀ ਗੱਲ ਆ ਮੈਂ ਇਹਨੂੰ ਫੋਨ ਕੀਤਾ ਕੀ ਗੱਲ ਆ ਵੀ ਮੈਂ ਕਹਿੰਦਾ ਲੈ ਕੇ ਤਾਂ ਆ ਗੰਡਾਸੀ ਲੈ ਕੇ ਆਇਆ ਇਹ ਮਾਰਨ ਵਾਸਤੇ ਮੀਨੂ ਹੀ ਲੈ ਕੇ ਆ ਫੋਨ ਕਰਦੀ ਹੁੰਦੀ ਇਹਨੂੰ ਜਿੰਨੀ ਵਾਰ ਕਹਿੰਦਾ ਤੁਸੀਂ ਸਾਨੂੰ ਆਏ ਦਿਨਾਂ ਬਾਅਦ ਫੋਨ ਕਰੀ ਹੁੰਦੇ ਸਾਡੇ ਬੱਚੇ ਅੱਧਾ ਘੰਟਾ ਲੇਟ ਆਏ ਸੀਗੇ ਅਸੀਂ ਕਲਾਸ ਟੀਚਰ ਨੂੰ ਕਾਲ ਕੀਤਾ ਕਲਾਸ ਟੀਚਰ ਫੋਨ ਨਹੀਂ ਕਿਸੇ ਨੇ ਚੱਕਿਆ ਜੀ ਵੈਨ ਵਾਲਿਆਂ ਤੋਂ ਪਤਾ ਲੱਗਿਆ ਵੀ ਰੋਡ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈਗੀ ਹੈ ਤਾਂ ਕਰਕੇ ਬੱਚੇ ਲੇਟ ਹੈ ਬਟ ਪੈਨਿਕ ਸੀਗਾ ਥੋੜ੍ਹਾ ਜਿਹਾ ਉਦੋਂ ਤੱਕ ਸੋਲਵ ਹੋ ਗਿਆ ਹਾਫ ਐਨ ਆਵਰ ਦਾ ਪੈਨਿਕ ਸੀਗਾ ਜੀ ਹੁਣ ਅੱਜ ਸੁਬਾਹ ਸਟ੍ਰਾਈਕ ਸੀਗੀ ਵੈਨ ਦੀ ਅਸੀਂ ਛੱਡਣ ਆਏ ਹਾਂ ਕਾਰ ਨਾਲ ਨਹੀਂ ਆਏ ਐਕਟਿਵਾ ਲੈ ਕੇ ਆਏ ਹਾਂ ਐਕਟਿਵਾ ਵੀ ਚੱਲਣੀ ਮੁਸ਼ਕਿਲ ਹੈ ਜੀ ਕੋਆਰਡੀਨੇਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫੋਨ ਨਹੀਂ ਕੋਈ ਉਠਾ ਰਿਹਾ ਪ੍ਰਿੰਸੀਪਲ ਸਰ ਫੋਨ ਨਹੀਂ ਉਠਾ ਰਹੇ ਹੈਗੇ ਹੈ ਆ ਸਾਰਾ ਰਸਤਾ ਪੌਣੇ ਘੰਟੇ ਤੋਂ ਜਾਮ ਹੋਇਆ ਪਿਆ ਹੈਗਾ ਅਤੇ ਕੋਈ ਸੁਣਵਾਈ ਨਹੀਂ ਹੈ ਇਹਦਾ ਕੁਛ ਹੱਲ ਕੀਤਾ ਜਾਵੇ ਸਕੂਲ ਦੇ ਨੈਸੈਸਰੀ ਸਰਟੀਫਿਕੇਟਸ ਚੈੱਕ ਕੀਤੇ ਜਾਣ ਜੀ ਜਿਹੜੇ ਸਕੂਲ ਹੈ ਇਹ ਕਾਫੀ ਭਾਰੀ ਫੀਸਾਂ ਲੈਂਦੇ ਆ ਕਿ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਰੋਡ ਸਹੀ ਕਰਾ ਸਰ ਬਹੁਤ ਜ਼ਿੰਮੇਵਾਰੀ ਇਹਨਾਂ ਨੇ ਸਾਰੀ ਜ਼ਿੰਮੇਵਾਰੀਆਂ ਤੋਂ ਹੱਥ ਚੱਕੇ ਹੋਏ ਨੇ ਸਰ ਸਿਰਫ ਫੋਕੇ ਤੁਹਾਨੂੰ ਆਸ਼ਵਾਸਨ ਦੇ ਦਿੰਦੇ ਹੈਗੇ ਆ ਕਰਦੇ ਕੁਛ ਵੀ ਨਹੀਂ ਜੀ ਇਹ ਰੋਡ ਦਾ ਐਡਾ ਵੱਡਾ ਕੋਈ ਮਸਲਾ ਨਹੀਂ ਜਿੰਨਾ 4-5 ਸਾਲਾਂ ਤੋਂ ਵੱਡਾ ਮਸਲਾ ਬਣਿਆ ਹੋਇਆ ਮੇਰੇ ਹਿਸਾਬ ਨਾਲ ਜੇ ਪੇਰੈਂਟਸ ਅਤੇ ਸਕੂਲ ਚਾਹਵੇ ਮਿਲ ਕੇ ਤਾਂ ਇਹ ਸਾਰਾ ਮਸਲਾ ਹੱਲ ਹੋ ਜੇ ਬਟ ਸਕੂਲ ਇੱਕ ਬੈਕਫੁੱਟ 'ਤੇ ਚੱਲ ਰਿਹਾ ਹੈਗਾ ਉਹ ਕਹਿੰਦਾ ਸਾਨੂੰ ਫਰੀ ਫੰਡ ਦੀ ਫੀਸ ਆਈ ਜਾ ਰਹੀ ਹੈ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਬੱਚੇ ਹੁਣ ਵੈਨਾਂ 'ਚ ਬੈਠੇ ਆ ਬੁਰੇ ਹਾਲ ਹੋਏ ਵੇ ਆ ਗਰਮੀ ਇੰਨੀ ਜ਼ਿਆਦਾ ਮੈਂ 2 ਰਾਊਂਡ 3 ਦਿਨ 'ਚ ਲਗਾਏ ਜੀ ਅਤੇ ਮੈਂ ਅੱਜ ਤੋਂ ਬਾਅਦ ਸੋਚ ਰਿਹਾ ਮੈਂ ਆਪਦਾ ਸਕੂਲ ਚੇਂਜ ਕਰਨਾ ਚਾਹੂੰਗਾ ਜੀ ਬਸ ਦੈਟਸ ਅ ਫਾਈਨਲ ਸਟੇਟਮੈਂਟ ਮੈਂ ਇਸੇ ਸਕੂਲ ਦਾ ਐਲੂਮਨੀ ਰਿਹਾ ਹੈਗਾ ਜੀ 15 ਸਾਲ ਇਸੇ ਸਕੂਲ 'ਚ ਕੱਢਿਆ 12-15 ਸਾਲ ਨਰਸਰੀ ਤੋਂ ਲੈ ਕੇ 10th ਤੱਕ ਜੀ ਪਬਲਿਕ ਸੀਗਾ ਹੁਣ ਗਲੋਬਲ ਆ ਗਿਆ ਚਲੋ ਇਹਨਾਂ ਦੀ ਬ੍ਰਾਂਚ ਆ ਗਈ ਬਟ ਇਹਨਾਂ ਦਾ ਮੋਰਲ ਡਾਊਨ ਹੋ ਚੁੱਕਿਆ ਜੀ ਸਾਰਾ ਇਹਨਾਂ ਦੇ ਪ੍ਰਿੰਸੀਪਲਸ ਡਾਊਨ ਹੋ ਚੁੱਕੇ ਆ ਇਹ ਇਹਨਾਂ ਨੇ ਕਮਰਸ਼ਲਾਈਜ਼ ਕਰਤਾ ਸਿਸਟਮ ਨੂੰ ਸਾਰਾ ਮੇਰਾ ਨਾਮ ਸੁਖਜਿੰਦਰ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਅੱਜ ਜਿਹੜਾ ਤੁਸੀਂ ਸਟ੍ਰਾਈਕ ਕੀਤੀ ਹੈ ਸਕੂਲ ਦੀਆਂ ਵੈਨਾਂ ਦੀ ਹਾਂਜੀ ਉਹਦੀ ਸਟ੍ਰਾਈਕ ਦਾ ਸਭ ਤੋਂ ਵੱਡਾ ਰੀਜ਼ਨ ਵੀ ਜੀ ਇਹ ਆ ਕਿ ਕੱਲ੍ਹ ਸਕੂਲ 'ਚ 35 ਮਿੰਟ ਛੁੱਟੀ ਲੇਟ ਕੀਤੀ ਗਈ ਸਕੂਲ ਦੀ ਜੋ ਕਿ ਤੁਸੀਂ ਹਾਲਤ ਕੈਮਰੇ ਵਿੱਚ ਦੀ ਸਭ ਨੂੰ ਦਿਖਾ ਦਿਓ ਵੀ ਕੀ ਆ ਇਹਦੇ ਕਰਕੇ ਕੱਲ੍ਹ ਇੱਕ ਟਰਾਲੇ ਦੇ ਆ ਐਕਸਲ ਟੁੱਟ ਗਿਆ ਐਕਸਲ ਟੁੱਟਣ ਦੀ ਵਜ੍ਹਾ ਨਾਲ ਰਸਤਾ ਜਿਹੜਾ ਸੀ ਉਹ ਉੱਥੇ ਬਲੋਕ ਹੋ ਗਿਆ ਅਤੇ ਸਕੂਲ ਨੇ ਆਪਦੀ ਨਾਕਾਮੀ ਛਪਾਉਣ ਲਈ ਪੇਰੈਂਟਸ ਨੂੰ ਮੈਸੇਜ ਨਹੀਂ ਕੀਤਾ ਜੀ ਜਿਹਦਾ ਕਿ ਖਿਆਮਾ ਸਾਡੇ ਦੋਸਤ ਜਸਵਿੰਦਰ ਸਿੰਘ ਵੈਨ ਡਰਾਈਵਰ ਆ ਉਹਨੂੰ ਭੁਗਤਣਾ ਪੈ ਗਿਆ ਜੀ 35 ਮਿੰਟ ਛੁੱਟੀ ਲੇਟ ਹੋਣ ਦੀ ਵਜ੍ਹਾ ਨਾਲ ਰੀਜ਼ਨ ਇਹ ਆ ਕਿ ਪੇਰੈਂਟਸ ਨੂੰ ਮੈਸੇਜ ਨਹੀਂ ਸੀਗਾ ਇੱਥੋਂ ਗੱਡੀਆਂ 2:35 'ਤੇ ਨਿਕਲੀਆਂ ਛੁੱਟੀ ਦਾ ਟਾਈਮ 2 ਵਜੇ ਆ ਜੀ ਅਤੇ ਘਰ ਪਹੁੰਚਦੇ ਆ ਵੈਨਾਂ ਨੂੰ ਰਸਤੇ ਦੀ ਮਾਲੀ ਹਾਲਤ ਕਰਕੇ 3 ਵੱਜ ਗਏ ਜੀ ਉਸ ਪੇਰੈਂਟਸ ਨੇ ਫੋਨ ਕੀਤਾ ਅਤੇ ਟ੍ਰੈਫਿਕ ਦੀ ਵਜ੍ਹਾ ਨਾਲ ਸਾਡੇ ਵੀਰ ਨੇ ਫੋਨ ਨਾ ਚੱਕਿਆ ਅਤੇ ਉਸ ਤੋਂ ਬਾਅਦ ਉਸਨੇ ਜਦੋਂ ਉਸਨੂੰ ਗਾਲ ਕੱਢ ਕੇ ਪੁੱਛਿਆ ਕਿ ਤੂੰ ਸਾਡਾ ਫੋਨ ਨਹੀਂ ਚੱਕਿਆ ਇਸ ਤੋਂ ਉਹਨਾਂ ਦੀ ਬਹਿਸ ਹੋ ਗਈ ਔਰ ਉਸਨੇ ਇੱਕ ਗੰਡਾਸੀ ਉਸਦੇ ਪੇਟ 'ਤੇ ਵਾਰ ਕੀਤਾ ਔਰ ਇੱਕ ਉਹਦੇ ਗੁੱਟ 'ਤੇ ਕੀਤਾ ਜੋ ਕਿ ਹੁਣ ਜੇਰੇ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਹੈ
ਠੀਕ ਹੈ ਜੀ। ਇਹ ਸਕੂਲ ਦੀ ਅੱਜ ਸਟ੍ਰੈਕ ਕਰਨ ਦੀ ਵਜ੍ਹਾ ਇਹ ਇੱਕ ਤਾਂ ਰਸਤਾ ਜੋ ਕਿ ਬਹੁਤ ਹੀ ਸਮੇਂ ਤੋਂ ਖਰਾਬ ਹੈ, ਸਕੂਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ, ਅਸੀਂ ਰੋਜ਼ ਹਜ਼ਾਰਾਂ ਬੱਚੇ ਲੈ ਕੇ ਇੱਥੋਂ ਗੁਜ਼ਰਦੇ ਹਾਂ, ਇਹ ਮੁਹੱਲਾ ਨਿਵਾਸੀਆਂ ਨੂੰ ਵੀ ਪਰੇਸ਼ਾਨੀ ਹੈ ਔਰ ਬੱਚਿਆਂ ਨੂੰ ਵੀ ਪਰੇਸ਼ਾਨੀ ਆ। ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਸਕੂਲ ਦੇ ਖਿਲਾਫ਼ ਬਣਦੀ ਕਾਰਵਾਈ ਕਰਕੇ ਠੀਕ ਆ ਕੀਤੀ ਜਾਵੇ, ਅਤੇ ਉਸ ਜੋ ਕਿ ਬੰਦੇ ਨੇ ਸਾਡੇ ਬੰਦੇ 'ਤੇ ਗੰਡਾਸੀ ਮਾਰੀ ਹੈ ਉਸ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਗੱਡੀ ਰੋਕੀ ਵੀ ਹੈ, ਆਹ ਬੰਦੇ ਨੇ ਗੰਡਾਸੀ ਕਹਿੰਦਾ, ਗੰਡਾਸੀ ਦੇਖੋ ਜੀ ਇਹਦੇ ਹੱਥ, ਗੰਡਾਸੀ ਦੇਖੋ ਇਹਦੇ ਹੱਥ 'ਚ, ਹੁਣ ਮਾਰੋ ਪਾਉ ਗੱਲ ਆਹ ਬੱਚੇ ਦੇਖੋ ਜੀ ਵਿੱਚ ਗੱਡੀ ਦੇ ਵਿੱਚ ਬੈਠੇ, ਆਹ ਬੱਚੇ ਦੇਖੋ ਗੱਡੀ 'ਚ, ਆਹ ਬੱਚੇ ਦੇਖੋ ਜੀ ਗੱਡੀ 'ਚ, ਇਹਨੇ ਚੱਕ ਕੇ ਸਾਰਿਆਂ ਨੂੰ ਮੈਸੇਜ ਪਾਤਾ, ਅਸੀਂ ਉਹ ਗੁਆਂਢੀਆਂ ਦੇ ਘਰ ਦੇ ਉਹਨੂੰ ਮੈਸੇਜ ਪੁੱਛ ਲੈਂਦੇ ਹਾਂ ਵੀ ਕੀ ਗੱਲ ਕਹਿੰਦੀ ਆਈ, ਕੀ ਗੱਲ ਆ, ਮੈਂ ਉਹਨੂੰ ਫੋਨ ਕੀਤਾ ਕੀ ਗੱਲ ਆ ਵੀ ਮੈਂ ਕਹਿੰਦਾ ਲੈ ਕੇ ਤਾਂ ਆ ਗੰਡਾਸੀ ਲੈ ਕੇ ਆਇਆ ਸੀ ਮਾਰਨ ਵਾਸਤੇ, ਮੀਨੂੰ ਹੀ ਲੈ ਕੇ ਫੋਨ ਕਰਦੀ ਹੁੰਦੀ ਉਹਨੂੰ ਜਿੰਨੀ ਵਾਰ, ਕਹਿੰਦਾ ਤੁਸੀਂ ਸਾਨੂੰ ਆਏ ਫੋਨ ਕਰੀ ਹੁੰਦੇ, ਸਾਡੇ ਬੱਚੇ ਅੱਧਾ ਘੰਟਾ ਲੇਟ ਆਏ ਸੀਗੇ, ਅਸੀਂ ਕਲਾਸ ਟੀਚਰ ਨੂੰ ਕਾਲ ਕੀਤਾ, ਕਲਾਸ ਟੀਚਰ ਫੋਨ ਨਹੀਂ ਕਿਸੇ ਨੇ ਚੱਕਿਆ ਜੀ, ਵੈਨ ਵਾਲਿਆਂ ਤੋਂ ਪਤਾ ਲੱਗਿਆ ਵੀ ਰੋਡ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈਗੀ ਹੈ ਤਾਂ ਕਰਕੇ ਬੱਚੇ ਲੇਟ ਹੈ, ਬਟ ਪੈਨਿਕ ਸੀਗਾ ਥੋੜ੍ਹਾ ਜਿਹਾ ਉਦੋਂ ਤੱਕ ਸੋਲਵ ਹੋ ਗਿਆ, ਹਾਫ ਐਨ ਆਵਰ ਦਾ ਪੈਨਿਕ ਸੀਗਾ ਜੀ। ਹੁਣ ਅੱਜ ਸੁਬਾਹ ਸਟ੍ਰਾਈਕ ਸੀਗੀ ਵੈਨ ਦੀ, ਅਸੀਂ ਛੱਡਣ ਆਏ ਹਾਂ, ਕਾਰ ਨਾਲ ਨਹੀਂ ਆਏ, ਐਕਟੀਵਾ ਲੈ ਕੇ ਆਏ ਹਾਂ, ਐਕਟੀਵਾ ਵੀ ਚੱਲਣੀ ਮੁਸ਼ਕਿਲ ਹੈ ਜੀ, ਕੋਆਰਡੀਨੇਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਫੋਨ ਨਹੀਂ ਕੋਈ ਉਠਾ ਰਿਹਾ, ਪ੍ਰਿੰਸੀਪਲ ਸਰ ਫੋਨ ਨਹੀਂ ਉਠਾ ਰਹੇ ਹੈਗੇ ਆ, ਸਾਰਾ ਰਸਤਾ ਪੌਣੇ ਘੰਟੇ ਤੋਂ ਜਾਮ ਹੋਇਆ ਪਿਆ ਹੈਗਾ, ਅਤੇ ਕੋਈ ਸੁਣਵਾਈ ਨਹੀਂ ਹੈ, ਇਹਦਾ ਕੁਝ ਹੱਲ ਕੀਤਾ ਜਾਵੇ, ਸਕੂਲ ਦੇ ਨੈਸੈਸਰੀ ਸਰਟੀਫਿਕੇਟਸ ਚੈੱਕ ਕੀਤੇ ਜਾਣ ਜੀ। ਜਿਹੜੇ ਸਕੂਲ ਹੈ ਇਹ ਕਾਫੀ ਭਾਰੀ ਫੀਸਾਂ ਲੈਂਦੇ ਆ, ਕਿ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਰੋਡ ਸਹੀ ਕਰਾ, ਸਰ ਬਹੁਤ ਜ਼ਿੰਮੇਵਾਰੀ, ਇਹਨਾਂ ਨੇ ਸਾਰੀ ਜ਼ਿੰਮੇਵਾਰੀਆਂ ਤੋਂ ਹੱਥ ਚੱਕੇ ਹੋਏ ਨੇ ਸਰ, ਸਿਰਫ ਫੋਕੇ ਤੁਹਾਨੂੰ ਆਸ਼ਵਾਸਨ ਦੇ ਦਿੰਦੇ ਹੈਗੇ ਆ, ਕਰਦੇ ਕੁਛ ਵੀ ਨਹੀਂ ਜੀ। ਇਹ ਰੋਡ ਦਾ ਐਡਾ ਵੱਡਾ ਕੋਈ ਮਸਲਾ ਨਹੀਂ ਜਿੰਨਾ 4-5 ਸਾਲਾਂ ਤੋਂ ਵੱਡਾ ਮਸਲਾ ਬਣਿਆ ਹੋਇਆ, ਮੇਰੇ ਹਿਸਾਬ ਨਾਲ ਜੇ ਪੇਰੈਂਟਸ ਅਤੇ ਸਕੂਲ ਚਾਹਵੇ ਮਿਲ ਕੇ ਤਾਂ ਇਹ ਸਾਰਾ ਮਸਲਾ ਹੱਲ ਹੋ ਜੇ, ਬਟ ਸਕੂਲ ਇੱਕ ਬੈਕਫੁੱਟ 'ਤੇ ਚੱਲ ਰਿਹਾ ਹੈਗਾ, ਉਹ ਕਹਿੰਦਾ ਸਾਨੂੰ ਫ੍ਰੀ ਫੰਡ ਦੀ ਫੀਸ ਆਈ ਜਾ ਰਹੀ ਹੈ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਬੱਚੇ ਹੁਣ ਵੈਨਾਂ 'ਚ ਬੈਠੇ ਆ, ਬੁਰੇ ਹਾਲ ਹੋਏ ਵੇ ਆ, ਗਰਮੀ ਇੰਨੀ ਜ਼ਿਆਦਾ, ਮੈਂ 2-3 ਦਿਨ 'ਚ ਲਗਾਏ ਆ ਜੀ, ਅਤੇ ਮੈਂ ਅੱਜ ਤੋਂ ਬਾਅਦ ਸੋਚ ਰਿਹਾ ਮੈਂ ਆਪਦਾ ਸਕੂਲ ਚੇਂਜ ਕਰਨਾ ਚਾਹੂੰਗਾ ਜੀ, ਬਸ ਦੈਟਸ ਆ ਫਾਈਨਲ ਸਟੇਟਮੈਂਟ। ਮੈਂ ਇਸੇ ਸਕੂਲ ਦਾ ਐਲੂਮਨੀ ਰਿਹਾ ਹੈਗਾ ਜੀ, 15 ਸਾਲ ਇਸੇ ਸਕੂਲ 'ਚ ਕੱਢਿਆ, 12-15 ਸਾਲ ਨਰਸਰੀ ਤੋਂ ਲੈ ਕੇ 10th ਤੱਕ ਜੀ, ਪਬਲਿਕ ਸੀਗਾ, ਹੁਣ ਗਲੋਬਲ ਆ ਗਿਆ, ਚਲੋ ਇਹਨਾਂ ਦੀ ਬ੍ਰਾਂਚ ਆ ਗਈ, ਬਟ ਇਹਨਾਂ ਦਾ ਮੋਰਲ ਡਾਊਨ ਹੋ ਚੁੱਕਿਆ ਜੀ ਸਾਰਾ, ਇਹਨਾਂ ਦੇ ਪ੍ਰਿੰਸੀਪਲਸ ਡਾਊਨ ਹੋ ਚੁੱਕੇ ਆ, ਇਹ ਇਹਨਾਂ ਨੇ ਕਮਰਸ਼ਲਾਈਜ਼ ਕਰਤਾ ਸਿਸਟਮ ਨੂੰ ਸਾਰਾ। ਮੇਰਾ ਨਾਮ ਸੁਖਜਿੰਦਰ ਸਿੰਘ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਅੱਜ ਜਿਹੜਾ ਤੁਸੀਂ ਸਟ੍ਰਾਈਕ ਕੀਤੀ ਹੈ ਸਕੂਲ ਦੀਆਂ ਵੈਨਾਂ ਦੀ? ਹਾਂਜੀ, ਉਹਦੀ ਸਟ੍ਰਾਈਕ ਦਾ ਸਭ ਤੋਂ ਵੱਡਾ ਰੀਜਨ ਵੀਰ ਜੀ ਇਹ ਆ ਕਿ ਕੱਲ੍ਹ ਸਕੂਲ 'ਚ 35 ਮਿੰਟ ਛੁੱਟੀ ਲੇਟ ਕੀਤੀ ਗਈ ਸਕੂਲ ਦੀ, ਜੋ ਕਿ ਤੁਸੀਂ ਹਾਲਤ ਕੈਮਰੇ ਵਿੱਚ ਦੀ ਸਭ ਨੂੰ ਦਿਖਾ ਦਿਓ ਵੀ ਕੀ ਆ, ਇਹਦੇ ਕਰਕੇ ਕੱਲ੍ਹ ਇੱਕ ਟਰਾਲੇ ਦਾ ਐਕਸਲ ਟੁੱਟ ਗਿਆ, ਐਕਸਲ ਟੁੱਟਣ ਦੀ ਵਜ੍ਹਾ ਨਾਲ ਰਸਤਾ ਜਿਹੜਾ ਸੀ ਉਹ ਉੱਥੇ ਬਲੋਕ ਹੋ ਗਿਆ, ਅਤੇ ਸਕੂਲ ਨੇ ਆਪਦੀ ਨਾਕਾਮੀ ਛਪਾਉਣ ਲਈ ਪੇਰੈਂਟਸ ਨੂੰ ਮੈਸੇਜ ਨਹੀਂ ਕੀਤਾ ਜੀ, ਜਿਹਦਾ ਕਿ ਖਿਆਮਾ ਸਾਡੇ ਦੋਸਤ ਜਸਵਿੰਦਰ ਸਿੰਘ ਵੈਨ ਡਰਾਈਵਰ ਆ ਉਹਨੂੰ ਭੁਗਤਣਾ ਪੈ ਗਿਆ ਜੀ। 35 ਮਿੰਟ ਛੁੱਟੀ ਲੇਟ ਹੋਣ ਦੀ ਵਜ੍ਹਾ ਨਾਲ ਰੀਜ਼ਨ ਇਹ ਆ ਕਿ
ਪੇਰੈਂਟਸ ਨੂੰ ਮੈਸੇਜ ਨਹੀਂ ਸੀਗਾ। ਇੱਥੋਂ ਗੱਡੀਆਂ 2:35 ਤੇ ਨਿਕਲੀਆਂ, ਛੁੱਟੀ ਦਾ ਟਾਈਮ 2 ਵਜੇ ਆ ਜੀ, ਅਤੇ ਘਰ ਪਹੁੰਚਦੇ ਆ ਵੈਨਾਂ ਨੂੰ ਰਸਤੇ ਦੀ ਮਾਲੀ ਹਾਲਤ ਕਰਕੇ 3 ਵੱਜ ਗਏ ਜੀ। ਉਹ ਪੇਰੈਂਟਸ ਨੇ ਫੋਨ ਕੀਤਾ ਅਤੇ ਟ੍ਰੈਫਿਕ ਦੀ ਵਜ੍ਹਾ ਨਾਲ ਸਾਡੇ ਵੀਰ ਨੇ ਫੋਨ ਨਾ ਚੱਕਿਆ, ਅਤੇ ਉਸ ਤੋਂ ਬਾਅਦ ਉਸਨੇ ਜਦੋਂ ਉਸਨੂੰ ਗਾਲ ਕੱਢ ਕੇ ਪੁੱਛਿਆ ਕਿ ਤੂੰ ਸਾਡਾ ਫੋਨ ਨਹੀਂ ਚੱਕਿਆ, ਇਸ ਤੋਂ ਉਹਨਾਂ ਦੀ ਬਹਿਸ ਹੋ ਗਈ ਔਰ ਉਸਨੇ ਇੱਕ ਗੜਾਸੀ ਉਸਦੇ ਪੇਟ 'ਤੇ ਵਾਰ ਕੀਤਾ ਔਰ ਇੱਕ ਉਹਦੇ ਗੁੱਟ 'ਤੇ ਕੀਤਾ, ਜੋ ਕਿ ਹੁਣ ਜੇਰੇ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਹੈ। ਠੀਕ ਹੈ ਜੀ। ਇਸ ਸਕੂਲ ਦੇ ਅੱਜ ਸਟ੍ਰੈਕ ਕਰਨ ਦੀ ਵਜ੍ਹਾ ਇਹ, ਇੱਕ ਤਾਂ ਰਸਤਾ ਜੋ ਕਿ ਬਹੁਤ ਹੀ ਸਮੇਂ ਤੋਂ ਖਰਾਬ ਹੈ, ਸਕੂਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ, ਅਸੀਂ ਰੋਜ਼ ਹਜ਼ਾਰਾਂ ਬੱਚੇ ਲੈ ਕੇ ਉੱਥੋਂ ਗੁਜ਼ਰਦੇ ਹਾਂ, ਇਹ ਮੁਹੱਲਾ ਨਿਵਾਸੀਆਂ ਨੂੰ ਵੀ ਪਰੇਸ਼ਾਨੀ ਔਰ ਬੱਚਿਆਂ ਨੂੰ ਵੀ ਪਰੇਸ਼ਾਨੀ ਆ। ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਸਕੂਲ ਦੇ ਖਿਲਾਫ਼ ਬੰਦ ਦੀ ਕਾਰਵਾਈ ਕਰਕੇ ਠੀਕ ਆ ਕੀਤੀ ਜਾਵੇ, ਅਤੇ ਉਸ ਜੋ ਕਿ ਬੰਦੇ ਨੇ ਸਾਡੇ ਬੰਦੇ 'ਤੇ ਗੜਾਸੀ ਮਾਰੀ ਹੈ ਉਸਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ।